ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿਵੇਂ ਹੋ ਸਾਰੇ ਜੀ? ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦਾ ਆਪਣਾ ਬਲੌਗ ਆ ਕਾਰਨੀਵਲ ਮੇਲਾ ਦਸੰਬਰ ਵਿੱਚ ਜਿਹੜਾ ਲੱਗਦਾ ਹੁੰਦਾ। ਦੋ ਬਲੌਗ ਆਪਾਂ ਇਹਦੇ ਪਹਿਲਾਂ ਹੀ ਪਾ ਚੁੱਕੇ ਹਾਂ। ਹੁਣ ਇਹ ਨਿਊ 2023 ਦੇ ਵਿੱਚ ਮੇਲਾ ਇਹ ਸਟਾਰਟ ਹੋਣ ਵਾਲਾ। ਆ ਬਾਹਰਲੀ ਦੀ ਡੈਕੋਰੇਸ਼ਨ ਹਲੇ ਹੋ ਰਹੀ ਆ ਅਤੇ ਅੰਦਰ ਆਪਾਂ ਜਾਂਦੇ ਹਾਂ ਹੁਣ। ਚਲੋ, ਅਤੇ 30 ਰੁਪਈਏ ਦੀ ਟਿਕਟ ਆ ਜੀ। ਅਤੇ ਆਹ ਸਾਰਾ ਹੀ ਅੰਦਰ ਆ ਅੰਦਰ ਝੂਲੇ ਲੱਗੇ ਹੋ ਆ। ਇਹਦੇ ਵਿੱਚ ਐਤੀ ਭੂਤ ਬੰਗਲਾ ਨਹੀਂ ਹੈਗਾ। ਆਹ ਜਿਹੜੇ ਝੂਲੇ ਆ ਚੰਡੋਲ ਵੱਡੇ ਝੂਲੇ ਆ ਸਾਰੇ। ਆਹ ਭੂਤ ਬੰਗਲਾ ਐਤਕੀ ਮੈਸ ਆ ਹੈ ਨਹੀਂ ਇਹਦੇ ਵਿੱਚ, ਅਤੇ ਨਾ ਇਹਦੇ ਵਿੱਚ ਜਿਹੜਾ ਮੌਤ ਦਾ ਖੂਹ ਇੱਕ ਉਹ ਲੱਗਦਾ ਹੁੰਦਾ, ਪਿਛਲੇ ਸਾਲ ਉਹ ਲੱਗਾ ਸੀ, ਐਤਕੀ ਨਹੀਂ ਹੈ। ਆਹ ਵੱਡੇ ਚੰਡੋਲ ਆ ਸਾਰੇ ਲੱਗਿਓ, ਅਤੇ ਉਹ ਉੱਪਰ ਉਹ ਸਾਰੇ ਆਹ ਆ ਬੱਚਿਆਂ ਦੇ ਆ, ਬੱਚਿਆਂ ਦੇ ਝੂਲੇ ਆ ਸਾਰੇ ਆਹ ਲੱਗਿਓ। ਰੇਲ ਗੱਡੀਆਂ ਅਤੇ ਆਹ ਪਾਣੀ ਵਿੱਚ ਜਿਹੜੀ ਇੱਕ ਕੈਸਤੀ ਜੇ ਹੁੰਦੀ ਆ ਉਹ, ਆਹ ਦੇਖੋ ਕੈਸਤੀਆਂ ਪਾਣੀ ਵਿੱਚ। ਇਹ ਸਾਰੇ ਝੂਲੇ ਲੱਗੇ ਹੋ ਆ, ਅਤੇ ਇਹ 28 ਤਰ੍ਹਾਂ ਦੇ ਝੂਲੇ ਕਹਿ ਰਹੇ ਆ ਹੁਣ। ਬਾਕੀ ਦੇਖੋ ਅੱਗੇ ਅੱਗੇ ਵੀ ਜੇ ਆ ਰਹੇ ਆ ਤਾਂ, ਪਰ ਜਿੱਦਾਂ ਮੈਨੂੰ ਲੱਗਦਾ ਵੀ ਸਾਰੇ ਇਹ ਲੱਗ ਗਏ ਆ। ਆਹ ਦੇਖੋ ਆਹ ਬੱਚਿਆਂ ਦੇ ਆ ਸਾਰੇ। ਆਹ ਚੰਡੋਲ ਵੱਡਾ ਚੰਡੋਲ, ਆਹ ਕੈਸਤੀ ਇੱਧਰ ਸਾਈਡ 'ਤੇ, ਆਹ ਸਾਰੇ ਆਹ ਦੇਖੋ ਆਹ ਆਪਣੇ ਆਹ ਝੂਲਾ ਆ। ਅਤੇ ਉਹ ਜਿਹੜਾ ਪਰੇ ਪਰਲੇ ਪਾਸੇ ਝੂਲਾ ਹੁਣ ਆਪਾਂ ਦੇਖਦੇ ਹਾਂ ਪਰੇ, ਹਾਂ ਆਹ ਜਿਹੜਾ ਝੂਲਾ ਆ ਇਹ ਜਿਹੜੇ ਘੁੰਮਣ ਘੇਰੀਆਂ ਜਿਹੀਆਂ ਆ, ਅਤੇ ਘੁੰਮਣ ਘੇਰੀਆਂ ਹੁੰਦੀਆਂ ਆ ਅਤੇ ਉਹ ਉਹ ਝੂਲਾ ਇਹ ਹੁੰਦਾ। ਅਤੇ ਆਹ ਦੇਖੋ ਆਹ ਸਾਰੇ ਬੱਚਿਆਂ ਦੇ ਝੂਲੇ ਆ ਆਹ ਜਿੰਨੇ ਹੈਗੇ ਆ, ਜਾਣੀ ਕਿ ਇੱਥੇ ਬੱਚਿਆਂ ਦਾ ਜਿਹੜਾ ਸਿਸਟਮ ਹੈ ਕਿ ਜ਼ਿਆਦਾ ਆਇਆ ਆ। ਅਤੇ ਉਹ ਪਰੇ ਸਟੇਜ ਲੱਗੀ ਹੋਊ ਆ ਹਲੇ ਲੱਗਣੀ ਆ। ਆਹ ਆਪਣੇ ਜਿਹੜੀ ਆਪਣੇ ਉਹ ਜੰਪਿੰਗ ਵਗੈਰਾ ਬੱਚਿਆਂ ਦੀਆਂ ਸਾਰੀਆਂ ਲੱਗੀਆਂ, ਆਹ ਸਾਰੀਆਂ ਦੁਕਾਨਾਂ ਲੱਗਣੀਆਂ ਇੱਥੇ। ਪਰਸੋਂ ਤੋਂ ਮੇਲਾ ਸੋਮਵਾਰ ਤੋਂ ਸਟਾਰਟ ਆ ਇਹ, ਅਤੇ ਜਿੱਦਾਂ ਅੱਜ 9 ਤਰੀਕ ਆ, 10, 11 ਤਰੀਕ ਤੋਂ ਮੇਲਾ ਸਟਾਰਟ ਆ ਇਹ। ਅਤੇ ਜ਼ਰੂਰ ਆਓ ਜੀ ਦੇਖਣ ਇਹ ਮੇਲਾ। ਅਤੇ ਜਿਹੜੇ ਸਾਡੇ ਬਲੌਗ ਦੇਖ ਰਹੇ ਆ ਉਹਨਾਂ ਦਾ ਧੰਨਵਾਦ, ਥੈਂਕਸ। ਅਤੇ ਅਗਲਾ ਬਲੌਗ ਰਾਮਗੜੀਆ ਕਾਲਜ ਦਾ ਆਊਗਾ, ਆਉਣਾ ਇਹ ਵਾਲਾ ਸੀਗਾ ਪਰ ਹੁਣ ਕਾਰਨੀਵਲ ਸ਼ੁਰੂ ਹੋ ਰਿਹਾ ਇਸ ਕਰਕੇ ਹੁਣ ਕਾਰਨੀਵਲ ਦਾ ਪਾਇਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।